हाँ जी दोस्तों सारे वीरां प्यार भरी सत श्री अकाल। मैं थोड़ा अपना सुखी शेरगिल पिंड हरिगढ़ जिला बरनाला। सो दोस्तों अज मैं पिंड सरौद जिला मलेरकोटले दे विच पहुंचिया पिया। इतने मैं लखे बाई को बाई का फोन आया सी मैनूं स्पैशली। बई सत श्री अकाल, होर चढ़दी कला बाई? वधिया जी वधिया। तुसीं ते इक मैं थोनू दस देना चाहुंदा लखे बाई बारे भी बई 2002 तो कम कर रहा है पर बिजली कहिंदे कोई समस्या आ गई थी तां करके कम घटाता सीगा। ਲਖੀ ਉਸ ਟਾਈਮ ਬਾਈ ਪੰਜਾਬ ਦੇ ਵਿੱਚ 2-3 ਕਸਟਡ ਫਾਰਮੀ ਸੀਗੇ। ਬਸ ਯਾਰ ਵੀਰੇ, ਇੱਕ ਤਾਂ ਆਪਣੇ ਹੁਸ਼ਿਆਰਪੁਰ ਤੋਂ ਸੂਦ ਫਾਰਮ ਹੁੰਦਾ ਸੀ ਵੀਰੇ, ਠੀਕ ਹੈ ਵੀਰੇ ਦਾ, ਠੀਕ ਹੈ ਆਪਣਾ ਹੁੰਦਾ ਰੂਬੀ ਡੌਗ ਫਾਰਮ ਨਾ, ਉਹ ਤੇ ਇੱਕ ਰੱਬੋ ਵਾਲਿਆਂ ਦਾ ਹੁੰਦਾ ਸੀ ਵੀਰੇ, ਠੀਕ ਹੈ ਬਾਈ, ਜਿਹੜੇ ਆਣੀ ਪਾਪੂਲਰ ਸੀ ਜਾਦੇ। ਹਾਂ, ਤੇ ਸੋ ਵੀ ਆਪਣੇ ਤਕਰੀਬਨ ਲੁਧਿਆਣੇ ਹੁੰਦਾ ਹੁੰਦਾ, ਯੂਨੀਵਰਸਿਟੀ 'ਚ, ਠੀਕ ਹੈ, ਜਾਂ ਮੋਹਾਲੀ ਜਲੰਧਰ। ਬਸ ਹੁਣ ਤਾਂ ਤਕਰੀਬਨ ਮਹੀਨੇ ਬਾਅਦ ਹਰ ਇੱਕ ਸੀ, ਹੁਣ ਤਾਂ ਆਪਾਂ ਕਹਿੰਦੇ ਵੀ ਸੋ ਜ਼ਿਆਦੇ ਹੋਣ ਲੱਗੇ ਹਨਾ, ਕਿਉਂ ਲੋਕਾਂ 'ਚ ਜਾਗਰੂਕਤਾ ਵੱਧ ਗਈ ਤੇ ਇਹਨਾਂ ਦੇ ਪ੍ਰੇਮੀ ਵੀ ਵੱਧ ਗਏ ਜੇ ਆਪਾਂ ਕਹੀਏ ਹਨਾ। ਬਿਲਕੁਲ। ਤੇ ਅੱਜ ਬਾਈ ਆਪਾਂ ਸ਼ੁਰੂਆਤ ਕਰਦੇ ਹਾਂ ਵੀ ਕਿਹੜੇ ਕਿਹੜੇ ਜਾਨਵਰ ਨੇ ਬਾਈ ਇਸ ਟਾਈਮ ਤੁਹਾਡੇ ਕੋਲ? ਬਾਈ ਤੁਸੀਂ ਆਪ ਚਾਨਣਾ ਪਾਓ, ਆ ਜਾਂਦੇ ਆਪਾਂ ਅੱਗੇ ਚੱਲਦੇ ਹਾਂ। ਆ ਜਾਓ ਵੀ ਜੀ, ਠੀਕ ਹੈ ਜਾਨਵਰ। ਤੇ ਅੱਜ ਤੋਂ ਸ਼ੁਰੂ ਕਰਦੇ ਆ ਬਾਈ, ਇਹ ਸਟੱਡ ਹੈ? ਇਹ ਵੀਰੇ ਸਟੱਡ ਆ ਆਪਣੇ ਕੋਲ, ਬੈਂਟਨ ਦਾ ਬੱਚਾ ਹੈ। ਬੈਂਟਨ ਦਾ ਬੱਚਾ ਹੈ, ਹਾਂ। ਬੈਂਟਨ ਡੌਗ ਨਾ ਇੰਡੀਆ ਵੀਰੇ ਥੋੜੇ ਟਾਈਮ ਲਈ ਆਇਆ ਸੀ, ਬਾਹਰੋਂ ਇੰਪੋਰਟ ਆ, ਠੀਕ ਹੈ। ਉਹਦਾ ਡਾਇਰੈਕਟ ਬੱਚਾ ਵੀਰੇ। ਅੱਛਾ, ਡਾਇਰੈਕਟ ਬੱਚਾ ਬਾਈ? ਹਾਂਜੀ। ਤੇ ਇਹਨੂੰ ਆਪਾਂ ਮੀਟਿੰਗ ਲਈ ਵਰਤਦੇ ਆ ਜੀ? ਇਹਨੂੰ ਮੀਟਿੰਗ ਲਈ ਆ ਵੀਰੇ, ਸਟੱਡ ਤਿਆਰ ਹੈ। ਤੇ ਇਹਦੀ ਉਮਰ ਕਿੰਨੀ ਹੋ ਚੁੱਕੀ ਹੈ ਬਾਈ? ਇਹਦੀ ਵੀਰੇ 11ਵੇਂ ਮਹੀਨੇ ਦੇ ਸਾਲ ਦਾ ਹੋਣ ਵਾਲਾ ਵੀਰੇ, ਠੀਕ ਹੈ। ਹਾਂਜੀ, ਇਹ ਤਕਰੀਬਨ ਇਹ ਤੋਂ 2 ਕੁੱਤੀਆਂ ਅਸੀਂ ਮੇਟ ਕਰਾ ਚੁੱਕੇ ਆ, ਠੀਕ ਹੈ। ਵਿਦ ਪੇਪਰ, ਮੈਕਰੋਚਿਪ ਸਾਰਾ ਕੁਝ ਸਾਡੇ ਕੋਲ, 90 ਸੋ ਤੇ ਵੀ ਲਾਇਆ ਸੀ ਵੀਰੇ ਆਪਾਂ ਨੇ, ਠੀਕ ਹੈ ਜੀ, ਠੀਕ ਹੈ। ਉੱਥੇ ਥੋੜਾ ਜਿਹਾ ਜ਼ਿਆਦਾ ਇਹ ਸੋ ਤੇ ਲਾਇਆ ਵੀਰੇ, ਥੋੜੀ ਟ੍ਰੇਨਿੰਗ ਦੀ ਘਾਟ ਸੀ, ਉਹ ਵੈਸੇ ਸਿਲੈਕਟ ਆ ਕੁੱਤਾ, ਠੀਕ ਹੈ। ਇਹਨੇ ਯਾਨੀ ਸੋ ਕਰਿਆ ਨਹੀਂ ਹੈਗਾ, ਟ੍ਰੇਨਿੰਗ ਦੀ ਘਾਟ ਸੀ, ਠੀਕ ਹੈ। ਤੇ ਇਹਦੀ ਫੀਸ ਕਿੰਨੀ ਆ ਬਾਈ ਮੀਟਿੰਗ ਦੀ? ਵੀਰੇ ਦੇਖੋ, ਜਿਹੜਾ ਹੁੰਦਾ ਬੱਚਾ ਸਾਡੇ ਕੋਲ ਨੇੜਿਓਂ, ਹਾਂ, ਆਂਡ ਕਮਾਂਡ 'ਚ ਹੁੰਦਾ ਕੋਈ, ਜਿਵੇਂ ਮੰਨ ਲਓ ਆਪਾਂ ਨੂੰ ਪਤਾ ਜਾਣਾ, ਉਹ ਤੋਂ ਅਸੀਂ ਬੱਚੇ ਦੀ ਕਰ ਦਿੰਦੇ ਹਾਂ ਵੀਰੇ, ਠੀਕ ਹੈ। ਜੇ ਕੋਈ ਦੂਰੋਂ ਹੁੰਦਾ ਵੀਰੇ ਤਾਂ 35,000 ਰੁਪਏ ਦੀ ਫੀਸ ਹੈ, ਠੀਕ ਹੈ। 35,000 ਰੁਪਏ ਦੀ ਫੀਸ ਹੈ, ਹਾਂਜੀ। ਜੇ ਕੋਈ ਬੰਦਾ ਦੂਰੋਂ ਆਉਂਦਾ ਤੇ ਉਹਦੇ ਵਿੱਚ ਅਸੀਂ ਇੱਕ ਆਪਸ਼ਨ ਹੋਰ ਦਿੰਦੇ ਹਾਂ ਵੀਰੇ ਬੰਦੇ ਨੂੰ, ਵਿੱਚ ਹੁੰਦਾ ਬੰਦੇ ਨੂੰ ਵੀ ਹਾਂ ਜੀ ਵੀ ਅਸੀਂ ਪੈਸੇ ਨਹੀਂ ਦੇਣੇ ਉਹਨੂੰ, ਬਾਅਦ ਦੇ ਵਿੱਚ ਸਾਨੂੰ ਜੇ ਬੱਚਾ ਦੇ ਕੇ ਫੀਸ ਵਾਪਸ ਲੈ ਲਵੇ, ਠੀਕ ਹੈ ਜੀ, ਠੀਕ ਹੈ ਜੀ। ਵੀ ਤੁਹਾਨੂੰ ਬੱਚਾ ਦੇ ਕੇ ਉਹ 'ਚ ਮੇਲ ਫੀਮੇਲ ਦਾ ਵੀ ਹੈ ਬੱਚੇ 'ਚ? ਮੇਲ ਵੀਰੇ, ਮੇਲ। ਅੱਛਾ, ਮੇਲ ਲੈਂਦੇ ਹਾਂ ਵੀਰੇ, ਠੀਕ ਹੈ, ਠੀਕ ਹੈ ਜੀ। ਇਹਦੇ ਬੱਚੇ ਆਪਣੇ ਕੋਲ ਤਿਆਰ ਵੀ ਹੋ ਜਾਣਗੇ, ਮਹੀਨੇ ਡੇਢ ਮਹੀਨੇ ਤੱਕ ਆ ਜਾਣਗੇ ਬੱਚੇ, ਠੀਕ ਹੈ ਬਾਈ, ਠੀਕ ਹੈ। ਤੇ ਇਹਨੂੰ ਇੱਧਰ ਫੜਾ ਦੇ ਬਾਈ, ਹੁਣ ਬਾਈ ਨੂੰ ਆਪਾਂ ਅੱਗੇ ਵੱਧਦੇ ਹਾਂ ਪੜਾ ਕਣੀ। ਤੇ ਇਹ ਇੱਕ ਗੱਲ ਵੀਰੇ ਹੋਰ ਹੈ ਇਹਦੇ ਬਾਰੇ, ਹਾਂ ਬਾਈ, ਇਹ ਕੁੱਤਾ ਆਪਾਂ ਨੂੰ ਗਿਫਟ ਆਇਆ ਹੋਇਆ, ਠੀਕ ਹੈ। ਇਹ ਕੁੱਤਾ ਆਪਾਂ ਨੂੰ ਵੀਰੇ ਆਇਆ ਗਿਫਟ, ਠੀਕ ਹੈ, ਆਪਣੀ ਭੂਆ ਦਾ ਜੀ ਦਾ ਲੜਕਾ, ਇਹ ਮੁੰਡਾ ਦੋਸਤ ਆ ਪਿੰਡੋਂ, ਠੀਕ ਹੈ, ਆਪਣੀ ਭੂਆ ਦਾ ਲੜਕਾ ਨੱਥੋਵਾਲ ਪਿੰਡ ਤੋਂ, ਗਾਂਧੀ, ਠੀਕ ਹੈ ਬਾਈ, ਉਹਨੇ ਇਹ ਪਾਲਿਆ, ਠੀਕ ਹੈ ਬਾਈ, ਸਿੰਘ ਗਾਂਧੀ, ਠੀਕ ਹੈ, ਉਹਨੇ ਪਾਲਿਆ ਵੀਰੇ, ਉਹਨੂੰ ਵੀ ਗਾਂ ਕਿਸੇ ਨੇ ਗਿਫਟ ਦਿੱਤਾ, ਯਾਨੀ ਬੱਚਾ ਇੰਨਾ ਵਧੀਆ ਤਕਰੀਬਨ, ਮੈਂ ਰੱਬ ਰੁੜ ਕੇ ਕਹਿਣਾ ਵੀ ਏਰੀਆ 'ਚ ਕੁੱਤਾ ਨਹੀਂ ਹੈਗਾ ਇਹਦੇ ਨਾਲ, ਠੀਕ ਹੈ ਬਾਈ, ਹਾਂਜੀ, ਬਿਲਕੁਲ ਬਾਈ। ਤੇ 35,000 ਰੁਪਏ ਦੀ ਫੀਸ ਇਹਨੂੰ ਕਰ ਦਿਓ ਸਾਈਡ ਤੇ ਬਾਈ, ਠੀਕ ਹੈ, ਕਿਉਂ ਆਪਣੇ ਕੋਲੇ ਜਾਨਵਰ ਵੱਧ ਨੇ ਬਾਈ, ਹਨਾ, ਫਿਰ ਵੀਡੀਓ ਲੰਬੀ ਬਣ ਜਾਣੀ ਹੈਗੀ, ਹਾਂਜੀ, ਠੀਕ, ਫਿਰ ਸਾਡੇ ਵੀਰ ਵਿੱਚ ਕਹਿ ਦਿੰਦੇ ਆ ਵੀ ਯਾਰ ਤੁਸੀਂ ਵੀ ਥੋੜੇ ਸਮੇਂ ਬਾਕੀ ਆ ਜਾਓ ਵੀਰੇ, ਆਹ ਸੈਫਟ ਮੈਕਸ ਲੈਂਡ ਦਾ, ਠੀਕ ਹੈ ਬਾਈ, ਇਹ ਆਪਣੇ ਕੋਲ ਸਟੱਡ ਲਈ ਤਿਆਰ ਹੋ ਰਿਹਾ ਵੀਰੇ, ਠੀਕ ਹੈ। ਇਹ ਹਜੇ ਬੱਚੇ ਹੀ ਆ ਬਾਈ, ਇਹ ਬੱਚਾ ਵੀਰੇ ਮਨੀਅਰ ਪੱਪੀ 'ਚ ਨਾ ਆਪਣੇ 3 ਤੋਂ 6 ਮੰਥ ਦੇ ਵਿੱਚ ਲਾਏ ਸੀ ਆਪਣੇ ਸੋ ਤੇ ਧੂਰੀ, ਠੀਕ ਹੈ ਬਾਈ, ਤੇ ਉੱਥੋਂ ਇਹ ਨੇ ਟਰਾਫੀ ਲੈਤੀ ਸੀ, ਵਿਨਰ ਹੋਇਆ ਸੀ, ਠੀਕ ਹੈ, ਚੱਕ ਲਿਆ ਬਾਈ ਉਹਨੂੰ ਵੀ, ਆਹ ਦੇਖੋ ਆ ਫੜਾਈ ਕਾਲੇ ਨਾਲ ਜਰਮਨ ਸੈਫਟ ਸਪੈਸ਼ਲਿਟੀ ਦੇ ਵਿੱਚ, ਠੀਕ ਹੈ ਬਾਈ, ਇਹ ਆਪਾਂ ਨੂੰ ਟਰਾਫੀ ਮਿਲੀ ਸੀ ਧੂਰੀ ਡੌਗਸ ਤੋਂ ਵੀਰੇ, ਠੀਕ ਹੈ ਬਾਈ, ਠੀਕ ਹੈ ਜੀ। ਆਹ ਬੱਚੇ ਦੀ ਵੀ ਜਾਣੀ ਇਹਨੇ ਵੀ ਜਿਵੇਂ ਕਹਦੀ ਵੀ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ, ਹਾਂਜੀ, ਇਹਨੇ ਜੰਮ ਦੇਣੀ ਆਪਦਾ ਦਿਖਾਤਾ, ਹਾਂਜੀ, ਇਹ ਜਲਬਾਜ ਇਹਨੇ ਦਿਖਾਇਆ ਜੀ, ਅਜੇ ਜਲਬਾ ਵੱਡਾ ਹੋ ਕੇ ਇਹ ਦਿਖਾਊਗਾ ਵੀ ਕੀ ਕੀ ਹੈ, ਬਿਲਕੁਲ ਬਾਈ, ਬਿਲਕੁਲ। ਤੇ ਇਧਰਲੇ ਪਾਸੇ ਬਾਈ ਇਹਦੇ ਬਾਰੇ ਵੀ ਦੱਸੋ, ਇਹ ਹੈਗਾ ਵੀਰੇ ਆਪਣੇ ਬ੍ਰਿਕਸ ਲੈਂਡ ਦਾ, ਠੀਕ ਹੈ ਬਾਈ, ਬ੍ਰਿਕਸ ਡੌਗ ਆਇਆ ਸੀ ਇੰਡੀਆ ਥੋੜੇ ਟਾਈਮ ਲਈ, ਠੀਕ ਹੈ ਬਾਈ, ਠੀਕ ਹੈ, ਕਪਿਲ ਚੌਧਰੀ ਹਰਿਆਣੇ 'ਚ, ਠੀਕ ਹੈ, ਉਹ ਕੁੱਤੇ ਦਾ ਬੱਚਾ ਵੀਰੇ ਇਹ, ਇਹਦੀ ਉਮਰ ਹੋ ਗਈ 10 ਮਹੀਨੇ ਤੋਂ ਪਲੱਸ, 10 ਮਹੀਨੇ ਪਲੱਸ, ਮੀਟਿੰਗ ਚਲਾਤੀ ਹੋਣੀ ਬਾਈ, ਸਟੱਡ ਕਰਾਤਾ ਵੀਰੇ ਚਾਲੂ, ਠੀਕ ਹੈ ਬਾਈ, ਉਹ ਆਇਆ ਵੀ ਆਪਣੇ ਪਹਿਲਾਂ ਕਰਾਤਾ, ਬਾਅਦ 'ਚ ਕਈ ਵਾਰ ਕੁੱਤਾ ਨਹੀਂ ਮੀਟ ਕਰਦਾ, ਹਾਂ ਹਾਂ, ਤਾਂ ਪਹਿਲਾਂ ਹੀ ਆਪਣੇ ਸਟੱਡ ਚਾਲੂ ਕਰਤਾ। ਤੇ ਇਹਦੀ ਲੋਕਾਂ ਵਾਸਤੇ ਫੀਸ ਕਿੰਨੀ ਆ ਬਾਈ ਜੇ ਤੁਸੀਂ ਉਹ ਕਰੋ? ਇਹਦੀ ਵੀਰ ਜੀ ਜੇ ਤਾਂ ਨੇੜੇ ਵਾਲਾ ਫਿਰ ਤਾਂ ਉਹੀ ਕੰਮ ਆ, ਰੋਟ ਵਾਲਾ ਬੱਚੇ, ਠੀਕ ਹੈ ਜੀ, ਪਰ ਇੱਕ ਗੱਲ ਹੋਰ ਆ ਵੀਰੇ, ਮੀਟਿੰਗ ਉਹ ਕੁੱਤੀ ਦੀ ਕਰਾਂਗੇ ਜਿਹੜੀ ਦੇ ਨਾਲ ਮੈਚ ਹੋਊਗੀ, ਇਹ ਨਹੀਂ ਵੀ ਜੇ ਕੁਆਲਿਟੀ ਲੋ ਆਊ ਤੇ ਅਸੀਂ ਇਹ ਕੁੱਤਾ ਨਹੀਂ ਛੱਡਾਂਗੇ, ਠੀਕ ਹੈ ਬਾਈ, ਠੀਕ ਹੈ ਜੀ। ਇਹਦੀ ਜਿਹੜੀ ਫੀਸ ਆ 25,000 ਰੁਪਏ ਵੀਰ ਜੀ, 25,000 ਰੁਪਏ ਫੀਸ, ਠੀਕ ਆ ਬਾਈ। ਤੇ ਇਹ ਤੋਂ ਬਾਈ ਇੱਕ ਤੁਹਾਡੇ ਕੋਲੇ ਕੁੱਤੀ ਸੀਗੀ ਜਿਹੜੀ ਤੁਸੀਂ ਦੱਸ ਰਹੇ ਸੀ ਗੱਬਣ, ਹੈ ਨਾ ਜੀ, ਠੀਕ ਹੈ। ਇਹ ਮੇਟ ਕਿੰਨੇ ਸਮੇਂ ਦੀ ਮੇਟ ਆ ਬਾਈ? ਇਹ ਹੋ ਗਿਆ ਵੀਰੇ 1.5 ਮਹੀਨਾ, ਠੀਕ ਹੈ। ਇਹ ਤੋਂ ਮੇਟ ਕਰਾਤੀ ਸੀ ਅਸੀਂ, ਚੌੜ ਦੇ ਵਿੱਚ ਹੀ ਨਾ ਮੇਟ ਕਰਾਤੀ ਸੀ ਇਹ ਕੁੱਤੀ, ਠੀਕ ਹੈ ਬਾਈ। ਇਹ ਹੁਣ ਮੇਟ ਆ ਜੀ ਗੱਬਣਾ, ਇਹ ਸੂਣ ਵਾਲੀ, ਇਹਦੇ ਬੱਚੇ ਸੇਲ ਕਰਾਂਗੇ, ਠੀਕ ਹੈ, ਇਹਦੇ ਬੱਚੇ ਸੇਲ ਕਰੋਗੇ? ਕੁੱਤੇ ਦੇ ਬੱਚੇ ਨੇ, ਅਜੇ ਤਾਂ ਉਹਨੇ ਕੱਦ ਕਾਠ ਬਹੁਤ ਕੱਢਣਾ ਵੀਰੇ, ਠੀਕ ਹੈ ਬਾਈ। ਅਹਿਮਦਗੜ੍ਹ ਸੋਹ ਤੇ ਲਾਇਆ ਸੀ ਮਨੀਅਰ ਪੱਪੀ 'ਚੋਂ ਆਪਦੀ ਰਿੰਗ ਕੱਢ ਗਿਆ ਸੀ ਵੀਰੇ ਆਲ ਬਰੀਡ 'ਚ, ਠੀਕ ਹੈ ਬਾਈ। ਜਿਹੜੇ ਸੈਫਟ ਸੀ
ਨਹੀਂ ਬਿਲਕੁਲ ਬਾਈ ਫਿਰ ਤਾਂ ਜਾਨਵਰ ਆਪਾਂ ਕਹਿ ਦਈਏ ਵੀ ਤੁਹਾਡੇ ਕੋਲੇ ਸਾਰੇ ਮੈਂ ਕਹਿੰਦਾ ਇਹ ਕੁੱਤੀ ਨਾ ਐਂ ਲਾ ਲਓ ਵੀ ਇੱਕ ਚੌੜ ਚੌੜ ਤੇ ਨਹੀਂ ਆਪਾਂ ਲੈਂਦੇ ਹੁੰਦੇ ਹਾਂ ਬਾਈ ਉੱਪਰ ਲੈਤੀ ਸੀ ਵੀਰੇ ਇਹ ਠੀਕ ਹੈ ਜੀ ਇਹ ਹੈਗੀ ਬੇਨੜੇ ਆ ਮੁੰਡਾ ਰਾਣਾ ਠੀਕ ਹੈ ਫਾਰਮ ਉਹਦੇ ਕੋਲ ਕੁੱਤਾ ਵੀਰੇ ਹੈਵਨ ਠੀਕ ਹੈ ਬਾਈ ਹੈਵਨ ਦੀ ਬੱਚੀ ਆ ਵੀਰੇ ਇਹ ਇਹ ਚੌੜ ਚੌੜ ਦੇ ਵਿੱਚ ਲੈ ਕੇ ਵੀਰੇ ਕਿਹੜਾ ਵੇਚ ਵੀ ਦਿੱਤੀ ਸੀ ਪੰਜ ਸੀ ਰੌਲਾ ਪੈ ਗਿਆ ਉਹ ਕਹਿੰਦਾ ਇੰਨੇ ਦਿਨ ਮੈਂ ਕਿਹਾ ਨਹੀਂ ਯਾਰ ਸਾਡੇ ਪਰਾਂ ਵੇਚਣੀ ਨਹੀਂ ਹੈਗੀ ਬੰਦੇ ਪਟਿਆਲੇ ਤੋਂ ਆਏ ਸੀ ਮੁੜ ਗਏ ਉਹ ਤੋਂ ਬਾਅਦ ਲਿਆ ਵੀਰੇ ਸੋਹ ਤੇ ਲਾਈ ਆਪਣੇ ਸੁਰਿੰਦਰ ਸਿੰਘ ਟਵਾਣਾ ਨੇ ਜਿਹੜੇ ਆਪਣੇ ਰੌਲੇ ਸਪੈਸ਼ਲ ਉਹਨਾਂ ਨੇ ਪਾਸ ਕਰੀ ਸੀ ਵੀਰੇ ਪਾਸ ਕਰੀ ਵੀ ਹੈ ਵੀ ਓਕੇ ਆ ਜਾਵਾਂ ਇੱਕ ਨੰਬਰ ਠੀਕ ਹੈ ਬਾਈ ਤੇ ਆ ਵੀਰੇ ਬਿਗਲਾ ਇਹ ਬਿਗਲ ਬਰੀਡ ਇੱਧਰ ਬਾਈ ਦੱਸਦਾ ਮਾੜਾ ਜਿਹਾ ਠੀਕ ਹੈ ਮੈਨੂੰ ਬਾਈ ਨਾਲ ਬਾਈ ਦੇ ਆਪਾਂ ਲਾ ਦਈਏ ਮੈਕ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਤੇ ਪਹਿਲਾਂ ਤਾਂ ਮੈਨੂੰ ਬਾਈ ਤੇਰਾ ਨਾਮ ਦੱਸ ਕੀ ਹੈ ਮੇਰਾ ਨਾਮ ਮਨਿੰਦਰਪਾਲ ਸਿੰਘ ਮਨਿੰਦਰ ਪਹਿਲਾਂ ਤਾਂ ਬਾਈ ਪੱਗ ਤਾਂ ਇੰਨੀ ਚੇੜ ਕੇ ਬੰਨੀ ਵੀ ਆ ਨਾ ਮੈਂ ਤੈਨੂੰ ਦੇਖ ਕੇ ਪਤਾ ਲੱਗਦਾ ਵੀ ਯਾਰ ਬਿਲਕੁਲ ਬਾਈ ਬਿਲਕੁਲ ਬਾਈ ਬਿਲਕੁਲ ਤੁਹਾਡੇ ਵਰਗੇ ਬੰਦਿਆਂ ਨੇ ਆਪਣੇ ਪੰਜਾਬ ਨੂੰ ਬਚਾ ਰੱਖਿਆ ਬਾਈ ਨਹੀਂ ਤਾਂ ਸਾਡੇ ਵਰਗੇ ਤੈਨੂੰ ਪਤਾ ਤੇ ਉਹਦੇ ਵਾਂਗੂ ਸਾਡੇ ਅਸਲ 'ਚ ਸਿਰਾਂ 'ਤੇ ਪਰਮਾਤਮਾ ਦੀ ਕਿਰਪਾ ਨਹੀਂ ਹੋਈ ਵੀ ਹੈ ਨਾ ਠੀਕ ਹੈ ਠੀਕ ਹੈ ਬਿਲਕੁਲ ਅਤੇ ਇਹਦੇ ਬਾਰੇ ਜਾਣਕਾਰੀ ਦਿਓ ਬਾਈ ਇਹ ਬੀਗਲ ਦਾ ਕੁੱਤਾ ਜੀ ਆਪਣਾ ਸਟੱਡ ਹੈ ਇਹ 2 ਸਾਲ ਦਾ ਹੋ ਗਿਆ ਜੀ ਇਸ ਟਾਈਮ ਠੀਕ ਹੈ ਬਾਈ ਇਹ ਅੰਮ੍ਰਿਤਸਰ ਦੇ ਗੰਡਿਆਲਾ ਕਰਨੀ ਕਿਹੜੇ ਪਿੰਡ ਉੱਥੋਂ ਦੀ ਬਲੱਡ ਲਾਈਨ ਦਾ ਬੱਚਾ ਜੀ ਇਹ ਠੀਕ ਹੈ ਬਾਈ ਹਾਂਜੀ ਹਾਂ ਇਹ ਪੂਰੇ ਇਸ ਟਾਈਮ ਕੁੱਤੀਆਂ ਵਧੀਆ ਮੀਟਿੰਗ ਕਰਾ ਰਹੇ ਹਾਂ ਠੀਕ ਹੈ ਜੀ 7-8 ਪੱਪੀ ਦਾ ਇਹਦਾ ਵਧੀਆ ਰਿਜ਼ਲਟ ਆ ਰਿਹਾ ਬਾਈ ਠੀਕ ਹੈ ਤੇ ਇਹਦਾ ਫਿਰ ਤੁਹਾਡਾ ਬਾਈ ਕੀ ਚਾਰਜਸ ਵਗੈਰਾ ਕੀ ਲੈਂਦੇ ਹੋਗੇ ਇਹਦਾ ਵੀਰ ਜੀ ਆਪਾਂ ਬੰਦੇ ਦੇ ਹਿਸਾਬ ਨਾਲ ਕਰਦੇ ਹਾਂ ਜਿਵੇਂ ਆਪਣੇ ਬੜੇ ਭਾਈ ਨੇ ਦੱਸਿਆ ਠੀਕ ਹੈ ਜੀ ਵੀ ਜੇ ਕੋਈ ਨੇੜੇ ਹੋਵੇ ਆਉਂਦਾ ਉਹਦੇ ਆਪਾਂ ਮਤਲਬ ਪੱਪੀ ਤੇ ਵੀ ਕਰਾਇਆ ਨਹੀਂ ਆਪਾਂ 10,000 ਰੁਪਇਆ ਫੀਸ ਰੱਖ ਨਹੀਂ ਇਹਦੀ 10,000 ਰੁਪਇਆ ਫੀਸ ਹਾਂ ਕਤੂਰੇ ਵੀ ਇਸ ਟਾਈਮ ਆਪਣੇ ਕੋਲ ਹੈਗੇ ਨੇ ਵੀਰ ਜੀ ਠੀਕ ਹੈ ਬਾਈ ਜੇ ਕਿਸੇ ਨੇ ਲੈਣੇ ਪਿਓ ਠੀਕ ਹੈ ਕਤੂਰੇ ਇਸ ਟਾਈਮ ਤੁਹਾਡੇ ਕੋਲੇ ਹੈਗੇ ਹਾਂਜੀ ਆਪਣੇ ਕੋਲ ਘਰੇ ਨਹੀਂ ਜਾ ਕਿੱਥੇ ਬਾਈ ਨਹੀਂ ਗਾਹਾਂ ਕੁੱਤੀ ਸੂਈ ਹੋਈ ਹੈ ਵੀਰ ਜੀ ਅੱਛਾ ਕੁੱਤੀ ਸੂਈ ਵੀ ਹੈ ਵੀ ਜੇ ਕਿਸੇ ਨੇ ਲੈਣਾ ਪ੍ਰੂਫ ਆਪਾਂ ਸਭ ਕੁਝ ਦਿਖਾ ਵੀ ਸਕਦੇ ਹਾਂ ਜੇ ਬੰਦੇ ਦੇ ਕਿਸੇ ਦੇ ਵਹਿਮ ਹੋ ਜਾਵੇ ਬਿਲਕੁਲ ਬਾਈ ਬਿਲਕੁਲ ਠੀਕ ਹੈ ਇੱਕ ਤੁਹਾਡੇ ਕੋਲ ਦੂਜਾ ਸੀਗਾ ਬਾਈ ਉਹ ਜਿਹੜਾ ਨਿੱਕੂ ਜਿਹਾ ਹੁੰਦਾ ਹਨਾ ਉਹ ਥੋੜਾ ਗਰਮੀ ਜ਼ਿਆਦਾ ਬਿਲਕੁਲ 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 ਇਹ ਮੈਂ ਦੇਖਿਆ ਬਾਈ ਇਹ ਗਰਮੀ ਕਾਦੀ ਆ ਗਈ ਇਹਦੀ ਜਾਨ ਦੁੱਖਾਂ ਵਿੱਚ ਪੈ ਗਈ ਇਹ ਵੀਰ ਜੀ ਆਪਣੇ ਕਿਰਨ ਘਟੀਂਡ ਹੋਣੀ ਵੀਰ ਨੇ ਠੀਕ ਹੈ ਬਾਈ ਜੱਜ ਕੈਨਲ ਆ ਜੀ ਉਹਨਾਂ ਦਾ ਠੀਕ ਹੈ ਹਾਂਜੀ ਘਟੀਂਡ ਪਿੰਡ ਦਾ ਖੰਨੇ ਏਰੀਆ ਦੇ ਵਿੱਚ ਉਹਨਾਂ ਦਾ ਮਤਲਬ ਠੀਕ ਹੈ ਬਾਈ ਪਿੰਡ ਆਉਂਦਾ ਠੀਕ ਹੈ ਜੀ ਉਹਨਾਂ ਵੀਰਾਂ ਦਾ ਸਿਰਜੂ ਦਾ ਕੰਮ ਆ ਜੀ ਠੀਕ ਹੈ ਉਹ ਵੀਰ ਨੇ ਸਾਨੂੰ ਇਹ ਗਿਫਟ ਕੀਤਾ ਜੀ ਇਹ ਠੀਕ ਹੈ ਬਾਈ ਹਾਂਜੀ ਹਾਂ ਉਹ ਵੀਰ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਕੁੱਤਾ ਇੰਨਾ ਸਾਊਗਾ ਬਹੁਤ ਜ਼ਿਆਦਾ ਸਾਊਗਾ ਜੀ ਠੀਕ ਹੈ ਬਾਈ ਹਾਂਜੀ ਹਾਂ ਫ੍ਰੀ ਦਾ ਕੁੱਤਾ ਹੈ ਜੀ ਗਿਫਟ ਕੀਤਾ ਤੇ ਇਹਦੀ ਫਿਰ ਹੁਣ ਮੀਟਿੰਗ ਵਗੈਰਾ ਹਾਂਜੀ ਹਾਂ ਇਹਦੀ ਮੀਟਿੰਗ ਸਭ ਕੁਝ ਕਰ ਰਿਹਾ ਜੀ ਚੱਲੂਗਾ ਇਹਦਾ ਕੀ ਖਰਚਾ ਪਾਣੀ ਬਈ ਆਪਣਾ ਇਹਦਾ ਆਪਾਂ ਵੀਰ ਜਿਵੇਂ ਸਾਡੇ ਕੋਲ ਇੱਕ ਵੀਰ ਨੇ ਗਿਫਟ ਹੀ ਕੀਤਾ ਇੱਕ ਤਰ੍ਹਾਂ ਠੀਕ ਹੈ ਜੀ ਜਿਵੇਂ ਬੰਦਾ ਕਰ ਲੂਗਾ ਉਵੇਂ ਆਪਾਂ ਮੀਟਿੰਗ ਤੇ ਸਾਡੇ ਉਵੇਂ ਕਰ ਲਵਾਂਗੇ ਹਾਂਜੀ ਹਾਂ ਕੋਈ ਦਿੱਕਤ ਨਹੀਂ ਠੀਕ ਹੈ ਤੇ ਆਹ ਦੂਜੇ ਨਾਮ ਬਈ ਕਿੱਥੋਂ ਕਿੱਥੋਂ ਜਿੱਤੇ ਵੀ ਆਪਾਂ ਇਹਨਾਂ ਦਾ ਵੀ ਦੇਖ ਲਈਏ ਇਹ ਮਾਨਸਾ ਤੋਂ ਹਨਾ ਇਹ ਵੀਰੇ ਨਹੀਂ ਹਾਂਜੀ ਇਹ ਭੀਖੀ ਮਾਨਸਾ ਵੀਰੇ ਪਾਰਟਿਸਪੇਟ ਦਾ ਮਿਲਿਆ ਸੀ ਆਪਾਂ ਨੂੰ ਭੀਖੀ ਮਾਨਸਾ ਤੋਂ ਪਾਰਟਿਸਪੇਟ ਦਾ ਹੋ ਗਿਆ ਤੇ ਇਹ ਨਾਪੇ ਤੋਂ ਜਿੱਥੇ ਸੁਰਿੰਦਰ ਸਿੰਘ ਟਵਾਣਾ ਜੀ ਨੇ ਆਪਣੀ ਰੌਡ ਵੀਲਰ ਫਾਸਟ ਕਰੀ ਸੀ ਮਨੀਅਰ ਪੱਪੀ ਚੋਂ ਠੀਕ ਹੈ ਬਾਈ ਠੀਕ ਹੈ ਵੀ ਜਾਣੀ ਆਪਾਂ ਦੇਖੀਏ ਵੀ ਨਾਮ ਨੂਮ ਆਉਣ ਦੀ ਸ਼ੁਰੂਆਤ ਹੋਊਗੀ ਹੈ ਨਾ ਹਾਂਜੀ ਹਾਂਜੀ ਬਿਲਕੁਲ ਇਹ ਪਰਮਾਤਮਾ ਦੀ ਕਿਰਪਾ ਜੀ ਬਸ ਠੀਕ ਹੈ ਬਿਲਕੁਲ ਬਾਈ ਬਿਲਕੁਲ ਤੇ ਹੋਰ ਇੱਕ ਇੱਧਰ ਬਾਈ ਚੱਕੀ ਖੜਾ ਜੀ ਇਹ ਆਪਣੀ ਜਰਮਨ ਸਾਈਡ ਦੀ ਹੈ ਜੀ ਆਪਣੀ ਵੀਡੀਓ ਦੇਖ ਕੇ ਬੰਦਾ ਕੋਈ ਤੁਹਾਨੂੰ ਫੋਨ ਕਰਦਾ ਹੈ ਜਿਵੇਂ ਆਪਾਂ ਚੱਲ ਜਾਂਦੀ ਵਾਰ ਫੇਰ ਦੱਸਦੀ ਹੈ ਨਾ ਵੀਡੀਓ ਦੇ ਵਿੱਚ ਵੀ ਤੁਹਾਡੇ ਕੋਲੇ 1-2-3-4 ਸਟੱਡ ਹੋ ਗਏ ਬਾਈ ਹਨਾ ਕੁੱਲ 4 ਸਟੱਡ ਹੋ ਗਏ ਵੀਰੇ ਇੱਕ ਘਰੇ ਪਿਆ ਪਮੇਰੀਅਨ ਸਟੱਡ ਠੀਕ ਹੈ ਉਹ ਹੋ ਗਿਆ ਬਾਕੀ ਸਟੱਡ ਵੀਰੇ ਪਤਾ ਗੱਲ ਕੀ ਆ ਫਰੈਂਡ ਸਰਕਲ ਦੇ ਵਿੱਚ ਵੀ ਹੈਗੇ ਆਪਣੇ ਕੋਲ ਤਕਰੀਬਨ ਆਲ ਸਟੱਡ ਸਾਰੇ ਨੇ ਠੀਕ ਹੈ ਕਿਉਂ ਇਸੇ ਕਰਕੇ ਬਾਈ ਲੱਕੀ ਮਹਾ ਵੀ ਜਿਵੇਂ ਤੁਹਾਨੂੰ ਸਮਾਂ ਬਹੁਤ ਹੋ ਗਿਆ ਹਨਾ ਕੰਮ ਕਰਦੇ ਨੂੰ ਕਹਿੰਦੇ ਵੀ 2002 ਦੇ ਵਿੱਚ ਉਹ ਕਰਿਆ ਹਾਂਜੀ ਤੇ ਉਦੋਂ ਫਿਰ ਸਮਾਂ ਕਿਵੇਂ ਰਿਹਾ ਬਾਈ ਕੀ ਵੀ ਵਿੱਚ ਛੱਡਣ ਦਾ ਕਾਰਨ ਫੈਮਿਲੀ ਦੇ ਵਿੱਚ ਆਇਆ ਵੀ ਜ਼ਿਆਦਾ ਦੇਖੋ ਪਤਾ ਗੱਲ ਕੀ ਆ ਕੋਈ ਘਰੇਲੂ ਪ੍ਰੋਬਲਮ ਆ ਗਈ ਸੀ ਹਾਂ ਉਹਦੇ ਕਰਕੇ ਸਾਨੂੰ ਕੰਮ ਛੱਡਣਾ ਪੈ ਗਿਆ ਸੀ ਠੀਕ ਹੈ ਬਾਈ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਫਿਰ ਬੱਚੇ ਦਾ ਪਰ ਕੁੱਤਾ ਦਾ ਇੱਕ ਘਰੇ ਰੱਖਿਆ ਵੀਰੇ ਠੀਕ ਹੈ ਮਰਜ਼ੀ ਆ ਕੁੱਤਿਆਂ ਦਾ ਮੈਨੂੰ ਨਾ ਸ਼ੁਰੂ ਤੋਂ ਡੌਗ ਲਵਰ ਹੀ ਆ ਬਸ ਠੀਕ ਹੈ ਜਦ ਨਿਕਾ ਜਿਹਾ ਆਉਂਦਾ ਸੀ ਨਾ ਸਾਡੇ ਇੱਕ ਅਰੋੜਾ ਡਾਕਟਰ ਹੁੰਦਾ ਸੀ ਵੀਰੇ ਉਹਦੇ ਮਲੇ ਕੋਲੇ ਠੀਕ ਹੈ ਮੇਰੇ ਡੈਡੀ ਦੁੱਧ ਦਾ ਕੰਮ ਕਰਦੇ ਉਹਨਾਂ ਦੇ ਦੁੱਧ ਪਾਉਂਦੇ ਹੁੰਦੇ ਉਹਨਾਂ ਦੇ ਪਮੇਰੀਆਂ ਨੂੰ ਕੁੱਤੀ ਸੋਈ ਜਦ ਤਾਂ ਪਤਾ ਵੀ ਨਹੀਂ ਸੀ ਵੀ ਪਮੇਰੀਆਂ ਨਾ ਠੀਕ ਹੈ ਸਾਡੇ ਕਤੂਰੇ ਕੁੱਤੀ ਲੈ ਆਇਆ ਸੀ ਮੈਂ ਉਦੋਂ ਤਾਂ ਇਹ ਕਹਿੰਦਾ ਹੁੰਦਾ ਵੀ ਗੱਦੀ ਕੁੱਤਾ ਹੈ ਜਿਵੇਂ ਜਵਾਕ ਰੱਟਾ ਨਹੀਂ ਪਾਣਦੇ ਵੀ ਸਾਰੀ ਲੈ ਕੇ ਜਾਣੇ ਨੇ ਵੀਰੇ ਸਾਰੀ ਲੈ ਆਇਆ ਸੀ ਬਸ ਤੋਂ ਸਾਰੀ ਲੈ ਆਇਆ ਉਸ ਤੋਂ ਬਾਅਦ ਦੇ ਵਿੱਚ ਫਿਰ ਭਾਈ ਮੈਨੂੰ ਜਦ ਇੰਨਾ ਪਤਾ ਫਿਰ ਮੈਂ ਇੱਕ ਗਲੀ ਚੋਂ ਕੁੱਤਾ ਚੱਕ ਕੇ ਪਾਲਿਆ ਜੀ ਠੀਕ ਹੈ ਰੈਂਚੋ ਨਾਂ ਰੱਖਿਆ ਰਾਜਾ ਰੈਂਚੋ ਨਾਟਕ ਚੱਲਦਾ ਤੇ ਉਹ ਰੱਖਿਆ ਉਹ ਮੱਝ ਨੇ ਪੈਰ ਧਰ ਕੇ ਮਾਰਤਾ ਵੀਰੇ ਅੱਛਾ ਉਸ ਤੋਂ ਬਾਅਦ ਮੈਂ ਬਹੁਤ ਰੋਇਆ ਇੰਨਾ ਜਿਹੜੇ ਮੈਨੂੰ ਪ੍ਰੇਮ ਆ ਕੁੱਤਿਆਂ ਬਸ ਇਹ ਚੀਜ਼ ਆ ਵੀਰੇ ਵੀ ਕੁੱਤੇ ਮੈਨੂੰ ਪਾਲ ਰਹੇ ਨੇ ਇਸ ਟਾਈਮ ਮੈਂ ਕੁੱਤਿਆਂ ਨੂੰ ਨਹੀਂ ਪਾ ਰਿਹਾ ਰੱਬ
ਮਲੇਕੂਲੇ ਤੋਂ 4 ਕਿਲੋਮੀਟਰ ਹੈ ਵੀਰੇ ਸਰੌਦ ਪਿੰਡ ਹਾਂਜੀ ਲੁਧਿਆਣਾ ਬਾਈਪਾਸ ਤੋਂਲੇ ਪਾਸੇ ਜਿਹੜਾ ਰਾਹ ਨਿਕਲਦਾ ਪੈ ਜਿਹਨੂੰ ਮਰਜੀ ਪੁੱਛੋ ਸਰੌਦ ਸਰੌਦ ਦੇ ਵਿੱਚ ਆ ਕੇ ਜਿਹਨੂੰ ਮਰਜੀ ਬੋਲੋ ਵੀ ਲੱਕੀ ਪੰਡਤ ਨੂੰ ਮਿਲਣਾ ਜੀ ਠੀਕ ਹੈ ਪੰਡਤ ਕੈਨਲ ਦੇ ਨਾਂ ਤੇ ਮੇਰਾ ਉਹ ਹੈ ਜੀ ਠੀਕ ਹੈ ਜਿਹਨੂੰ ਮਰਜੀ ਤੁਸੀਂ ਪੁੱਛ ਸਕਦੇ ਆ ਤਕਰੀਬਨ ਆਪਣੇ ਕੋਲ ਜਰਮਨ ਸੈਫਟ ਰੌਟਵੈਲਰ ਇਹ ਸਪੈਸ਼ਲਿਟੀ ਡੌਗ ਨੇ ਆਪਣੇ ਕੋਲ ਪੂਰੇ ਜਿਹਨੂੰ ਕੁਆਲਿਟੀ ਚਾਹੀਦੀ ਆ ਠੀਕ ਹੈ ਲੋ ਕੁਆਲਿਟੀ ਵੀ ਨਾ ਮੈਂ ਸੇਲ ਕਰਦਾ ਨਾ ਪਰਚੇਜ ਕਰਦਾ ਬਾਕੀ ਮੈਂ ਬੱਚਾ ਉਹ ਸੇਲ ਕਰਦਾ ਜਿੱਥੇ ਮੈਨੂੰ ਪਤਾ ਵੀ ਕੁੱਤੀ ਕਿਹੜੀ ਲੱਗੀ ਆ ਕੁੱਤਾ ਕਿਹੜਾ ਲੱਗਿਆ ਹੈ ਠੀਕ ਹੈ ਬਾਈ ਮੰਨ ਲਓ ਵੀ ਭਰੋਸੇ ਵਾਲਾ ਕੰਮ ਕਰਦੇ ਬਿਨਾਂ ਭਰੋਸੇ ਤੋਂ ਕੋਈ ਨਹੀਂ ਹੈਗਾ ਨਵਾਂ ਰੂਲ ਕਰ ਰਹੇ ਆ ਠੀਕ ਹੈ ਵੀ ਜੇ ਤਾਂ ਬੰਦੇ ਨੇ ਡਿਲੀਵਰ ਕਰਾਉਣਾ ਕਤੂਰਾ ਜਾਂ ਮੈਂ ਨਾ ਪਟੀਸ਼ਨ ਦੇ ਉੱਤੇ ਟਿਕਟ ਲਾ ਕੇ ਆਪ ਲਿਖ ਕੇ ਗਾਰੰਟੀ ਭੇਜੂਗਾ ਪ੍ਰਾਇਓਰਟੀ ਦੀ ਅਗਲੇ ਦੇ ਕੋਲ ਠੀਕ ਹੈ ਬਾਈ ਜੇ ਅਗਲਾ ਆ ਕੇ ਲੈ ਕੇ ਜਾਂਦਾ ਤਾਂ ਅਗਲਾ ਲਿਖਾ ਕੇ ਲੈ ਕੇ ਜਾਵੇ ਵੀਰੇ ਪ੍ਰਾਇਓਰਟੀ ਦੀ ਗਾਰੰਟੀ ਪੂਰੀ ਹੋ ਕੋਈ ਕੱਲ ਨੂੰ ਵੱਡੇ ਹੋਏ ਨੂੰ ਬੱਚੇ ਨੂੰ ਗਲਤ ਨਿਕਲਦਾ ਤਾਂ ਵੀਰੇ ਆਪਣੇ ਤੋਂ ਆ ਕੇ ਆਪਦੇ ਪੈਸੇ ਵਾਪਸ ਲੈ ਸਕਦਾ ਸਣੇ ਖਰਚਾ ਦੂੰਗਾ ਵੀਰੇ ਠੀਕ ਹੈ ਬਾਈ ਠੀਕ ਹੈ ਜੀ ਸੋ ਬਿਲਕੁਲ ਬਾਈ ਬਹੁਤ ਵਧੀਆ ਤੇ ਹੋਰ ਕਿਸੇ ਬਾਈ ਨੇ ਆਪਦੀ ਗੱਲ ਰੱਖਣੀ ਹੋਵੇ ਬਾਈ ਜੀ ਇਹ ਗੱਲ ਹੋ ਰਹਾ ਆ ਵੀਰ ਆ ਜਿਹੜਾ ਇਹ ਮੇਰਾ ਸਾਥ ਪੂਰਾ ਦਿੰਦਾ ਠੀਕ ਹੈ ਬੰਦਿਆਂ ਚ ਠੀਕ ਹੈ ਵੈਸਾ ਫੋਰਮੈਨ ਕੀ ਨਾਂ ਕੀ ਹੈ ਬਾਈ ਦਾ ਇਹਦਾ ਨਾਮ ਹਰਦੀਪ ਸਿੰਘ ਆ ਜੀ ਹਰਦੀਪ ਸਿੰਘ ਕਾਲਾ ਕਹਿੰਦੇ ਨੇ ਹਾਂ ਸੋ ਤੇ ਨਾਲ ਹੀ ਰਿੰਗ ਚ ਹੁੰਦਾ ਠੀਕ ਹੈ ਬਾਕੀ ਇਹ ਕਿ ਇਹਨੂੰ ਫੋਰਮੈਨ ਆ ਕੰਪੈਨ ਦਾ ਵੀਰੇ ਠੀਕ ਹੈ ਇਹਨੂੰ ਯਾਨੀ ਇਹ ਮੇਰਾ ਜਿੰਨਾ ਸਾਥ ਦਿੰਦਾ ਉਹਨਾਂ ਕੋਈ ਨਹੀਂ ਦਿੰਦਾ ਬਾਕੀ ਆ ਵੀ ਵੀਰ ਤਾਂ ਸਾਥ ਸਾਰੀ ਦਿੰਦੇ ਨੇ ਠੀਕ ਹੈ ਉਹ ਵੀਰ ਆ ਉਹ ਮੇਰਾ ਚਾਚਾ ਲੱਗਦਾ ਠੀਕ ਹੈ ਇੰਦਰਜੀਤ ਨਾਮ ਆ ਉਧਰ ਮਾਰ ਦੋ ਕੈਮਰਾ ਆ ਚਾਚਾ ਉਰੇ ਠੀਕ ਹੈ ਇਹਨਾਂ ਦਾ ਅਸੀਂ ਟੈਂਪੂ ਲੈ ਕੇ ਜਾਂਦੇ ਹੁੰਦੇ ਆ ਠੀਕ ਹੈ ਡੌਗ ਵੱਧ ਹੋ ਜਾਂਦਾ ਗੱਡੀ ਜਾਂਦਾ ਟੈਂਪੂ ਲੈ ਕੇ ਨਾਲ ਸੋ ਜਾਂਦੇ ਆ ਇੱਕ ਉਹ ਮੁੰਡਾ ਖੜਾ ਠੀਕ ਹੈ ਉਹ ਮੇਨਾਂ ਕੁੱਤੇ ਟ੍ਰੇਨਡ ਕਰਾਉਂਦਾ ਇਹ ਇਹਦਾ ਨਾਮ ਹੈਗਾ ਵੀਰੇ ਬਿਮਲ ਬਿਮਲ ਕੁਮਾਰ ਪਰ ਇਹਨੂੰ ਅਸੀਂ ਪਿਆਰ ਨਾਲ ਜੇਠਾ ਲਾਲ ਕਹਿੰਦੇ ਆ ਜੇਠਾ ਲਾਲ ਠੀਕ ਹੈ ਇਹ ਮੇਰਾ ਜਿਵੇਂ ਨਾ ਇੰਨਾ ਡੌਗ ਦਾ ਲਵਰ ਇਹਨੂੰ ਇਹ ਕਹਦਾ ਵੀ ਪਲੱਸ 2 ਕਰ ਲਾ ਉਸ ਤੋਂ ਬਾਅਦ ਜਿਹੜਾ ਮਰਜ਼ੀ ਕਰੀਏ ਸਹੀ ਗੱਲ ਹੈ ਠੀਕ ਹੈ ਨਹੀਂ ਆਹ ਮੁੰਡਾ ਮੇਰਾ ਫਰੈਂਡ ਆ ਹਨੀ ਠੀਕ ਹੈ ਬਾਈ ਇਹਦੇ ਕੋਲ ਆ ਕੁੱਤਾ ਡਿਆ ਜੀ ਆਪਣਾ ਭੂਆ ਦੇ ਮੁੰਡੇ ਦਾ ਠੀਕ ਹੈ ਪੂਰਾ ਯਾਨੀ ਕਿ ਪਾਤਾ ਲਾਈਨ ਚ ਬਿਲਕੁਲ ਬਾਈ ਬਿਲਕੁਲ ਬਹੁਤ ਵਧੀਆ ਇਹ ਬਲਦ ਰੱਖੇ ਹੋਏ ਬਲਦਾਂ ਦੇ ਸਕੀਨ ਨੇ ਵੀਰੇ ਪਹਿਲਾਂ ਤੋਂ ਅੱਛਾ ਭਿਉਣੇ ਵੀ ਹੋਣੇ ਬਾਈ ਵੀਰੇ ਹੁਣ ਪਹਿਲਾਂ ਭਿਉਂਦੇ ਹੁਣ ਬੰਦ ਕਰੀਏ ਵੀਰੇ ਖੇਡਾਂ ਸੋ ਠੀਕ ਹੈ ਬਾਈ ਹੈ ਲੱਕੀ ਤੇ ਨਾਲ ਹੀ ਜਿੰਨੇ ਸਾਰੇ ਵੀਰ ਖੜੇ ਹੋਣਾ ਸਾਰੇ ਦੋਸਤਾਂ ਮਿੱਤਰਾਂ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੁਹਾਡੇ ਮੋਬਾਈਲ ਨੰਬਰ ਮੈਨੂੰ ਐਂ ਦੱਸੋ ਵੀ ਕਿਹਦੇ ਕਿਹਦੇ ਲਿਖੀ ਹੈ ਆਪਾਂ ਉਹ ਵੀ ਕਿਉਂ ਜਾਨਵਰ ਆਪਣੇ ਕੋਲੇ ਲਾਸਟ ਦੇ ਵਿੱਚ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਬਾਈ ਜਰਮਨ ਸੈਫਟ ਦਾ ਡਬਲ ਕੋਟ ਦਾ ਬੱਚਾ ਮੇਰੇ ਕੋਲ ਹਰ ਟਾਈਮ ਅਵੇਲੇਬਲ ਮਿਲੂਗਾ ਟੌਪ ਕੁਆਲਿਟੀ ਜੇ ਕਿਸੇ ਵੀਰ ਨੇ ਪਰਚੇਜ਼ ਕਰਨਾ ਠੀਕ ਹੈ ਬਾਈ ਰੌਟਵੈਲਰ ਦੀਆਂ ਦੋ ਕੁੱਤੀਆਂ ਮੈਟਿੰਗ ਕਰਾਈਆਂ ਨੇ ਬਾਕੀ ਬੱਚੇ ਪਏ ਵੀ ਨੇ ਜਰਮਨ ਵੀ ਪਏ ਨੇ ਠੀਕ ਹੈ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ ਬਾਈ ਮੋਬਾਈਲ ਨੰਬਰ ਹੈਗਾ ਵੀਰੇ ਮੇਰਾ 78091 15000 ਠੀਕ ਹੈ ਬਾਈ ਠੀਕ ਹੈ ਜੀ ਬਾਕੀ ਇੰਗਲਿਸ਼ ਦੇ ਵਿੱਚ 7809115000 ਉਧਰ ਆਪਣੇ ਬਾਈ ਦਾ ਨੰਬਰ ਵੀਰੇ ਤੁਹਾਡਾ ਨੰਬਰ ਵੀ ਬੋਲ ਦੋ ਬਾਈ ਨੂੰ ਮਾਈਕ ਦੇ ਦੋ ਵੀਰੇ ਮਾੜਾ ਜਾ ਹਾਂਜੀ ਹਾਂਜੀ ਜ਼ਰੂਰ ਤੇ 9779946652 ਜੀ ਪੰਜਾਬੀ ਚ ਵੀ ਕਰ ਦੇ ਇੱਕ ਵਾਰੀ ਬਾਈ 9779946652 ਜੀ ਬਸ ਠੀਕ ਹੈ ਬਾਈ ਸੋ ਬਸ ਠੀਕ ਹੈ ਬਾਈ ਹੈ ਚੜ੍ਹਦੀ ਕਲਾ ਤੇ ਮੇਰੀ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਜਿੰਨੇ ਵੀ ਵੀਰੇ ਮੇਰੀ ਵੀਡੀਓ ਦੇਖ ਰਹੇ ਨੇ ਮੈਂ ਇਹ ਬੇਨਤੀ ਕਰਦਾ ਇੱਕ ਤਾਂ ਸਾਡਾ ਨਾ ਸਹਿਯੋਗ ਦੋ ਵੀਡੀਓ ਸ਼ੇਅਰ ਵੱਧ ਕਰੋ ਠੀਕ ਹੈ ਬਿਲਕੁਲ ਕਿਉਂਕਿ ਹਰ ਇੱਕ ਬੰਦੇ ਨੂੰ ਡੌਗ ਲਵਰ ਤੱਕ ਪਹੁੰਚ ਸਕੇ ਚੰਗਾ ਡੌਗ ਪਰਚੇਜ਼ ਬਿਲਕੁਲ ਠੀਕ ਹੈ ਜੀ ਕੁਆਲਿਟੀ ਵੱਲੋਂ ਮੇਰੇ ਕੋਲ ਗਰੰਟੀ ਹੈ ਜੀ ਪੂਰੀ ਬਸ ਪਰਮਾਤਮਾ ਚੜ੍ਹਦੀ ਕਲਾ ਡੌਗ ਜਦ ਵੀ ਤੁਸੀਂ ਲੈਣਾ ਜੀ ਮੈਨੂੰ ਕਾਲ ਕਰ ਬਿਲਕੁਲ ਬਾਈ ਮਿਹਰਬਾਨੀ ਥੈਂਕ ਯੂ ਠੀਕ ਹੈ